ਜਿਵੇਂ ਕਿ ਹੁਣ ਸਾਉਣ ਦਾ ਮਹੀਨਾ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਮਾਤਾ ਨੈਣਾ ਦੇਵੀ ਮੰਦਿਰ ਹਿਮਾਚਲ ਪ੍ਰਦੇਸ਼ ਵੱਲ ਅਲੱਗ ਅਲੱਗ ਸ਼ਹਿਰਾਂ ਤੋਂ ਸ਼ਰਧਾਲੂ ਮਾਤਾ ਦੇ ਮੰਦਿਰ ਨਤਮਸਤਕ ਹੋਣ ਲਈ ਯਾਤਰਾ 'ਤੇ ਆਉਂਦੇ ਨੇ। ਮਾਤਾ ਦੇ ਦਰਬਾਰ 'ਤੇ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਸਨਾਤਨ ਧਰਮ ਮਹਾਂਵੀਰ ਸੇਵਾ ਦਲ ਨਾਭਾ ਵੱਲੋਂ ਅੱਜ 51ਵੇਂ ਦਿਨ ਮਹਾਂਵੀਰ ਸੇਵਾ ਦਲ ਨਾਭਾ ਵੱਲੋਂ ਅੱਜ 51ਵੇਂ ਲੰਗਰ ਦੇ ਸਨਮਾਨ ਨਾਲ ਭਰੀ ਗੱਡੀ ਨੂੰ ਕੈਬਨਿਟ ਮੰਤਰੀ ਪੰਜਾਬ ਸਾਧੂ ਸਿੰਘ ਧਰਮਸੋਤ ਨੇ ਰਵਾਨਾ ਕੀਤਾ। ਇਸ ਗੱਡੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਮੰਤਰੀ ਧਰਮਸੋਤ ਨੇ ਪੂਜਾ ਪਾਠ ਵਿੱਚ ਹਿੱਸਾ ਲਿਆ। ਇਸ ਦੌਰਾਨ ਸੇਵਾ ਦਲ ਵੱਲੋਂ ਕੈਬਨਿਟ ਧਰਮਸੋਤ ਦੇ ਹੋਰਨਾਂ ਸਮਾਜਜਨਕ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਹੋਰਨਾਂ ਨੇ ਕਿਹਾ ਕਿ ਹਰ ਸਾਲ ਸਨਾਤਨ ਧਰਮ ਮਹਾਂਵੀਰ ਸੇਵਾ ਦਲ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਾਤਾ ਦੇ ਦਰਸ਼ਨਾਂ ਲਈ ਜਾਂਦੇ ਸ਼ਰਧਾਲੂਆਂ ਲਈ ਲੰਗਰ ਦੀ ਸੇਵਾ ਭੇਜੀ ਜਾਂਦੀ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਹਰ ਸ਼ਹਿਰ ਵਾਸੀ ਪੂਰੀ ਸ਼ਰਧਾ ਨਾਲ ਲੰਗਰ ਸੇਵਾ ਵਿੱਚ ਹਿੱਸਾ ਲੈਂਦੇ ਨੇ। ਮੈਂ ਸਮਝਦਾ ਕਿ ਮੈਨੂੰ ਵੀ 10-12 ਸਾਲ ਹੋ ਗਏ ਨਾਭੇ ਆਏ ਨੂੰ। ਉਸ ਤੋਂ ਵੀ ਪਹਿਲਾਂ ਮੇਰੇ ਮਿੱਤਰ ਨੇ ਸਤਪਾਲ ਡਾਕਟਰ ਜੀ ਨੈਣਾ ਦੇਵੀ ਉਦੋਂ ਵੀ ਜਾਂਦੇ ਰਹੇ ਸੀ। ਪੰਜਾਬ ਦੇ ਇਹ ਸਾਰੇ ਲੰਗਰ ਕਮੇਟੀਆਂ ਦੇ ਪ੍ਰਧਾਨ ਨੇ। ਵਿਸ਼ੇਸ਼ ਤੌਰ 'ਤੇ ਇਹ ਨਾਭੇ ਤੋਂ ਮੈਨੂੰ ਲੱਗਦਾ 2 ਦਹਾਕਿਆਂ ਤੋਂ ਵੀ ਉੱਪਰ ਹੋ ਗਿਆ। 51ਵਾਂ ਇਹ ਲੰਗਰ ਜਾ ਰਿਹਾ ਹੈ ਮਹਾਮਾਈ ਦੇ ਨੈਣਾ ਦੇਵੀ ਦੇ ਚਰਨਾਂ ਦੇ ਵਿੱਚ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਵੱਲੋਂ, ਜਿਹਦੇ ਮੁਖੀ ਨੇ ਸਾਡੇ ਡਾਕਟਰ ਸਾਹਿਬ। ਇਹ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਲੰਗਰ ਜਾ ਰਿਹਾ, 2 ਟਰੱਕ ਜਾ ਰਹੇ ਨੇ। ਔਰ ਮੈਂ ਸਮਝਦਾ ਕਿ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੈਨੂੰ ਵੀ ਐਸੇ ਸ਼ੁਭ ਅਵਸਰ 'ਤੇ ਇਹਨਾਂ ਨੇ ਬੁਲਾ ਕੇ ਮਹਾਮਾਈ ਦਾ ਆਸ਼ੀਰਵਾਦ ਲੈਣ ਦਾ ਮੌਕਾ ਦਿੱਤਾ ਗਿਆ। ਮੈਂ ਸਾਰੇ ਨਾਭਾ ਨਿਵਾਸੀਆਂ ਨੂੰ ਇਸ ਗੱਲ ਦੀ ਲੱਖ ਲੱਖ ਵਧਾਈ ਪੇਸ਼ ਕਰਦਾ। ਮਹਾਮਾਈ ਦੇ ਚਰਨਾਂ 'ਚ ਬੇਨਤੀ ਵੀ ਹੈ, ਜੋਦੜੀ ਹੈ ਕਿ ਨਾਭੇ 'ਤੇ ਮਿਹਰ ਭਰਿਆ ਹੱਥ ਰਹੇ, ਨਾਭਾ ਤਰੱਕੀਆਂ 'ਚ ਰਹੇ, ਬੁਲੰਦੀਆਂ 'ਤੇ ਰਹੇ, ਸੁੱਖ ਔਰ ਸ਼ਾਂਤੀ ਰਹੇ। ਜਕਾਰਾ ਮਹਾਮਾਈ ਦਾ। ਕਿ ਨਾਭਾ ਸ਼ਹਿਰ ਦੀ ਦੇਣ ਹੈ ਕਿ ਅੱਜ 51ਵਾਂ ਜਿਹੜਾ ਵਿਸ਼ਾਲ ਲੰਗਰ ਹੈ ਮਾਤਾ ਦੇ ਚਰਨਾਂ ਦੇ ਵਿੱਚ ਅੱਜ ਟਰੱਕ ਭਰ ਕੇ ਭੇਜੇ ਜਾ ਰਹੇ ਨੇ ਸ਼੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਸਾਖਾ ਨਾਭਾ ਵੱਲੋਂ। ਇਹਨਾਂ ਦੇ ਪ੍ਰਧਾਨ ਜਿਹੜੇ ਨੇ ਚਮਨ ਲਾਲ ਪੱਪੀ ਜੀ ਮਿੱਤਲ ਜੀ ਨੇ, ਅਤੇ ਸਾਰੀ ਟੀਮ ਜਿਹੜੇ ਕਿ 85 ਮੈਂਬਰ ਇਸ ਸੰਸਥਾ ਦੇ ਨਾਲ ਜੁੜੇ ਹੋਏ ਨੇ, ਉਹ ਨਾਲ ਜੁੜ ਕੇ ਸਾਰੇ ਸ਼ਹਿਰ ਦੇ ਵਿੱਚੋਂ ਸਮਾਨ ਇਕੱਠਾ ਕਰਕੇ ਲੰਗਰ ਦਾ ਇਹ ਮਾਤਾ ਦੇ ਚਰਨਾਂ ਦੇ ਵਿੱਚ ਲੰਗਰ ਲਗਾਉਣ ਵਾਸਤੇ ਜਾ ਰਹੇ ਨੇ। ਅਤੇ ਮੈਂ ਸ਼ਹਿਰ ਵਾਸੀਆਂ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਛੋਟੇ ਜਿਹੇ ਸੱਦੇ ਦੇ ਉੱਤੇ ਸਾਰਾ 2 ਟਰੱਕਾਂ ਦਾ ਰਾਸ਼ਨ ਜਿਹੜਾ ਇਕੱਠਾ ਕਰਕੇ ਦਿੱਤਾ ਸਾਨੂੰ। ਅਤੇ ਮੈਂ ਇੱਕ ਵਾਰੀ ਫਿਰ ਸਾਰੇ ਸ਼ਹਿਰ ਦਾ ਬਹੁਤ ਧੰਨਵਾਦ ਕਰਦਾ। ਇਸ ਦੇ ਨਾਲ ਨਾਲ ਹੀ ਸਾਡੇ 600 ਵਲੰਟੀਅਰ ਬਾਬਰ ਦੀ ਡਿਊਟੀ ਦੇਣ ਵਾਸਤੇ 24 ਆਵਰਸ ਉੱਥੇ ਡਿਊਟੀ ਦਿੰਦੇ ਨੇ। 8-8 ਘੰਟਿਆਂ ਦੀ ਡਿਊਟੀ ਹੁੰਦੀ ਹੈ, ਸਵੇਰੇ 6 ਵਜੇ ਤੋਂ ਲੈ ਕੇ 2 ਵਜੇ ਤੱਕ, 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ, ਰਾਤ ਦੇ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ। ਇਹਨਾਂ ਦਾ ਵੀ ਪ੍ਰਧਾਨ ਮਾਤਾ ਨੇ ਆਪਣੇ ਚਰਨਾਂ ਦੇ ਵਿੱਚ ਮੈਨੂੰ ਹੀ ਸੌਂਪਿਆ ਗਿਆ ਹੈ। ਅਤੇ ਇਹ 600 ਵਲੰਟੀਅਰ ਪੰਜਾਬ, ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਵਿੱਚੋਂ ਸਾਡੇ ਵਲੰਟੀਅਰਸ ਆਉਂਦੇ ਨੇ ਜਿਹੜੇ ਕਿ ਉੱਥੇ 24 ਆਵਰਸ ਡਿਊਟੀਆਂ ਦਿੰਦੇ ਨੇ। ਮੈਂ ਅੱਜ ਮੰਤਰੀ ਸਾਹਿਬ ਦਾ ਅਤੇ ਸਾਰੇ ਇਹਨਾਂ ਦੇ ਨਾਲ ਜਿਹੜੀ ਟੀਮ ਆਈ ਹੈ ਇਹਨਾਂ ਦਾ ਮੈਂ ਖਾਸ ਕਰ ਆਪਣੇ ਤਹਿ ਦਿਲੋਂ ਬਹੁਤ ਬਹੁਤ ਰਿਹਾ ਹਾਂ। ਖਾਸ ਕਰ ਬਿੱਟੂ ਜੀ ਦਾ, ਜਿਹੜੇ ਸਾਡੇ ਏਰੀਏ ਦੇ ਨਗਰ ਕੌਂਸਲਰ ਨੇ ਔਰ ਬਹੁਤ ਪੁਰਾਣੇ ਸੀਨੀਅਰ ਮਿਊਂਸੀਪਲ ਕੌਂਸਲਰ ਨੇ, ਇਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਸੈਂਟੀ ਜੀ ਦਾ ਅਤੇ ਹੋਰ ਜਿਹੜੇ ਮੇਰੇ ਵੀਰ ਆਏ ਨੇ ਅਤੇ ਖਾਸ ਕਰ ਜਿਹੜੇ ਮੇਰੇ ਪ੍ਰੈਸ ਦੇ ਸਾਰੇ ਵੀਰ ਆਏ ਨੇ, ਇਹਨਾਂ ਦਾ ਵੀ ਬਹੁਤ ਬਹੁਤ ਨਿੱਘਾ ਸਵਾਗਤ ਕਰਦਾ ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਪੰਜਾਬ ਸਾਖਾ ਨਾਭਾ ਵੱਲੋਂ। ਬਹੁਤ ਹੀ ਖੁਸ਼ੀ ਦੀ ਗੱਲ ਹੈ ਜੋ ਇੱਥੋਂ, ਜੋ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਮੰਤਰੀ ਜੀ ਨੇ ਵੀ ਦੱਸਿਆ, 51ਵਾਂ ਅੱਜ ਇੱਥੋਂ ਲੰਗਰ ਰਵਾਨਾ ਹੋ ਰਿਹਾ ਹੈ। ਸਨਾਤਨ ਧਰਮ ਸਭਾ ਜੋ ਕਿ ਬਹੁਤ ਹੀ ਪੁਰਾਣਾ ਇੱਕ ਅਦਾਰਾ ਹੈ ਜੋ ਕਿ ਨਾਭੇ ਤੋਂ ਉੱਥੇ ਲੰਗਰ ਦੀ ਸੇਵਾ ਨਿਭਾ ਰਿਹਾ ਹੈ,
ਪਹਿਲਾਂ ਹੀ ਨਾਭਾ ਇੱਕ ਮਿੰਨੀ ਕਾਂਸੀ ਦੇ ਰੂਪ 'ਚ ਜਾਣਿਆ ਜਾਂਦਾ। ਅੱਜ ਆਪਣੇ ਰੁਝੇਵਿਆਂ ਵਿੱਚੋਂ ਸਾਡੇ ਕੈਬਨਿਟ ਦੇ ਵਜ਼ੀਰ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਵਿਸ਼ੇਸ਼ ਤੌਰ 'ਤੇ ਇੱਥੇ ਆ ਕੇ ਇਹ ਟਰੱਕਾਂ ਨੂੰ ਰਵਾਨਗੀ ਦੇਣ ਵਾਸਤੇ ਝੰਡੀ ਜਾਂ ਮਾਈ ਦਾ ਆਸ਼ੀਰਵਾਦ ਲੈਣ ਆਏ ਨੇ। ਮੈਂ ਸਾਰੇ ਨਾਭਾ ਨਿਵਾਸੀਆਂ ਵੱਲੋਂ ਅਤੇ ਨਾਲ ਹੀ ਡਾਕਟਰ ਸਤਪਾਲ ਜੀ ਨੂੰ ਲੱਖ ਲੱਖ ਵਧਾਈ ਦਿੰਦਾ, ਜੋ ਕਿ ਤਨੋ ਮਨੋ ਉੱਥੇ ਤੁਹਾਨੂੰ ਦਿਨ ਰਾਤ ਲਾ ਕੇ ਆਪਣੀ ਸੇਵਾ ਨਿਭਾ ਰਹੇ ਨੇ। ਅਤੇ ਨਾਲ ਹੀ ਆਸ ਕਰਦਾ ਕਿ ਸਾਰਾ ਨਾਭਾ ਇਹਨਾਂ ਦੇ ਨਾਲ ਹੈ ਅਤੇ ਨਾਲ ਹੀ ਨਾਭਾ ਤਰੱਕੀ 'ਤੇ ਜਾਵੇ। ਬਹੁਤ ਬਹੁਤ ਧੰਨਵਾਦ। ਜੈ ਮਾਤਾ ਦੀ। ਆਵਾਜ਼ੇ ਕੌਮ ਟੀ ਵੀ ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।